ਜਲੰਧਰ ਕੈਂਟ ਦੇ ਰਾਮਾ ਮੰਡੀ ਇਲਾਕੇ ਵਿੱਚ ਰਾਤੀ ਅੱਗ ਲੱਗਣ ਕਰਕੇ ਹੜਕੰਪ ਮੱਚ ਗਿਆ। ਅੱਗ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ 7 ਗੱਡੀਆਂ ਮੌਕੇ ਉੱਤੇ ਪਹੁੰਚੀਆਂ। ਅੱਗ ਉੱਤੇ ਕਾਬੂ ਤਾਂ ਪਾ ਲਿਆ ਗਿਆ, ਪਰ ਉਦੋਂ ਤੱਕ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਹ ਹਾਦਸਾ ਜਲੰਧਰ ਕੈਂਟ ਹੁਸ਼ਿਆਰਪੁਰ ਮਾਰਗ ਉੱਤੇ ਰਾਮਾ ਮੰਡੀ ਫਲਾਈਓਵਰ ਦੇ ਹੇਠਾਂ ਸਥਿਤ ਮਾਰਕੀਟ ਦੇ ਵਿੱਚ ਵਾਪਰਿਆ। ਅੱਗ ਇੱਕ ਕੱਪੜੇ ਦੀ ਦੁਕਾਨ ਤੋਂ ਫੈਲੀ ਅਤੇ ਨਾਲ ਜੁੱਤੀਆਂ ਦੀ ਦੁਕਾਨ ਵੀ ਉਸ ਦੀ ਲਪੇਟ ਵਿੱਚ ਆ ਗਈ। ਬਾਜ਼ਾਰ ਬੰਦ ਹੋਣ ਕਰਕੇ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਰਕੇ ਫੈਲੀ ਹੈ। ਜਿਹੜੀ ਅੱਗ ਲੱਗੀ ਹੈਗੀ ਆ, ਦੁਕਾਨਾਂ ਦੇ ਸ਼ਟਰ ਬੰਦ ਸੀਗੇ, ਬਾਹਰੋਂ ਤਾਲੇ ਲੱਗੇ ਸੀਗੇ। ਇਹਦਾ ਕਾਰਨ ਹਾਲ ਦੀ ਘੜੀ ਇਹ ਵੀ ਹੋ ਸਕਦਾ ਕਿ ਸ਼ਾਰਟ ਸਰਕਟ ਵੀ ਹੋ ਸਕਦਾ, ਕਿਉਂਕਿ ਬਾਹਰਲੀ ਦੀ ਗੱਲ ਤੋਂ ਅਜੇ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਤਾਲੇ ਲੱਗੇ ਸੀ, ਸ਼ਟਰ ਬੰਦ ਸੀਗੇ। ਅੰਦਰੋਂ ਅੱਗ ਜਿਹੜੀ ਉਹ ਭੜਕੀ ਆ, ਕਿਉਂਕਿ ਇੱਕ ਪਾਸੇ ਬੂਟਾਂ ਦੀ ਦੁਕਾਨ ਸੀ, ਲੈਦਰ ਸੀ ਉਹਦੇ ਵਿੱਚ, ਦੂਸਰੇ ਪਾਸੇ ਕੱਪੜਾ ਸੀਗਾ। ਤਾਂ ਜਦੋਂ ਇੱਕ ਦੇ ਦੁਕਾਨ ਦੇ ਅੰਦਰ ਅੱਗ ਲੱਗ ਗਈ ਆ, ਦੂਸਰੀ ਜਿਹੜੀ ਆ ਉਹ ਹੀਟ ਅਪ ਹੋਣ ਦੇ ਨਾਲ ਉਹਦੇ ਅੰਦਰ ਅੱਗ ਚਲ ਗਈ। ਇਹਦੇ ਪਿਛਲੇ ਪਾਸੇ ਕੂੜੇ ਦੇ ਢੇਰ ਸੀਗੇ, ਉਹਨੂੰ ਕੂੜੇ ਨੂੰ ਅੱਗ ਲੱਗ ਗਈ, ਜਿਸ ਕਰਕੇ ਇਹ ਕਾਫੀ ਜਦੋਂ ਜਦ ਕੰਦੇ 2-2.5 ਘੰਟੇ ਦੇ ਬਾਅਦ 7 ਗੱਡੀਆਂ ਤਕਰੀਬਨ ਪਾਣੀ ਦੀਆਂ ਆ ਗਈਆਂ, ਤਾਂ ਜਾ ਕੇ ਅੱਗ ਤੇ ਕੰਟਰੋਲ ਹੋਇਆ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।